ਕੱਲ ਦੀ ਗੱਲ ਆ ਬਈ, ਹਨਾ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਅੰਦਰੋਂ ਇੰਟਰਵਿਊ ਹੋ ਜਾਂਦੀ ਹੈ, ਹਨਾ ਪਰ ਕਿਉਂਕਿ ਇਹਦੇ ਬਾਰੇ ਤੁਸੀਂ ਤੁਹਾਡੇ ਤੋਂ ਜ਼ਿਆਦਾ ਕੋਈ ਦੱਸ ਨਹੀਂ ਸਕਦਾ, ਕਿਉਂਕਿ ਲੱਖਾ ਸਿਧਾਣਾ ਵੀ ਜਦੋਂ ਆਪਾਂ ਗੱਲ ਕਰੀਏ ਫਰੀਦਕੋਟ ਜੇਲ੍ਹ ਦੇ ਵਿੱਚੋਂ ਲਾਈਵ ਹੋਇਆ ਸੀਗਾ, ਇਹ ਸਾਰਾ ਕੁਝ ਕਿਵੇਂ ਪੋਸੀਬਲ ਹੁੰਦਾ? ਦੇਖੋ ਇਹ ਨਾ ਗੁਰਪ੍ਰੀਤ, ਦੋ ਤਿੰਨ ਪਹਿਲੂਆਂ ਤੋਂ ਵਿਚਾਰਨ ਵਾਲੀ ਗੱਲ ਆ, ਪੱਖਾਂ ਤੋਂ ਦੇਖਣ ਵਾਲੀ ਗੱਲ ਆ ਕਿ ਪਹਿਲੀ ਗੱਲ ਤਾਂ ਇਹਦੇ ਵਿੱਚ ਇੱਕ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਇਹ ਜਿਹੜੀ ਇੰਟਰਵਿਊ ਹੈ, ਇਸ ਇੰਟਰਵਿਊ ਦੇ ਵਿੱਚ ਸਿੱਧੂ ਮੂਸੇ ਵਾਲੇ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਗਿਆ, ਜੋ ਹਮਦਰਦੀ ਜੋ ਸਿਮਤੀ ਲੋਕਾਂ ਦੀ ਸਿੱਧੂ ਨਾਲ ਸੀ, ਉਹਦੇ ਪਰਿਵਾਰ ਨਾਲ ਸੀ। ਅੱਜ ਵੀ ਲੋਕ ਪੱਬਾਂ ਭਾਰਨੇ, ਉੱਥੇ ਮੇਲਾ ਲੱਗਦਾ ਬਈ, ਬਿਲਕੁਲ ਉੱਥੇ ਦੁਕਾਨਾਂ ਲੱਗ ਗਈਆਂ ਉਹਨਾਂ ਦੇ ਘਰਾਂ ਮੂਹਰੇ, ਮੇਲਾ ਲੱਗਦਾ, ਲੋਕ ਦੂਰੋਂ ਦੂਰੋਂ ਉੱਥੇ ਮਤਲਬ ਕਿ ਦੂਰੋਂ ਕੋਈ ਬਾਈ ਦੂਸਰੇ ਕੰਟਰੀਆਂ 'ਚ ਵੀ ਲੋਕ ਆ ਕੇ ਆਉਂਦੇ ਹਨ, ਦੂਰੋਂ ਦੁਨੀਆ ਤੋਂ ਚੱਲ ਕੇ ਲੋਕ ਹਨ ਉੱਥੇ। ਇਹ ਨਹੀਂ ਵੀ ਇਕੱਲੇ ਸਿੱਖ ਹੀ, ਉੱਥੇ ਹਰ ਕਮਿਊਨਿਟੀ ਦੇ ਬੰਦੇ ਆ ਰਹੇ ਆ। ਉਹਨੂੰ ਕਿਵੇਂ ਖਤਮ ਕਰਨਾ ਅਤੇ ਉਹਦਾ ਜਿਹੜਾ ਇਨਸਾਫ਼ ਦੀ ਗੱਲ ਉੱਠ ਰਹੀ ਸੀ, ਲਗਾਤਾਰ ਸਰਕਾਰਾਂ ਫੇਲ ਹੋਈਆਂ, ਉਹਦੇ ਪਿਓ ਨੂੰ ਮਾਂ ਨੂੰ ਵਿਧਾਨ ਸਭਾ ਦੇ ਮੂਹਰੇ ਜਾ ਕੇ ਬੈਠ ਕੇ ਪੰਜਾਬ ਦੇ ਮੁੱਖ ਮੰਤਰੀ ਤੋਂ ਟਾਈਮ ਲੈਣ ਲਈ, ਸਮਾਂ ਮੰਗਣ ਲਈ ਉਹਨੂੰ ਧਰਨਾ ਲਾਉਣਾ ਪਿਆ ਉੱਥੇ ਜਾ ਕੇ ਵਿਧਾਨ ਸਭਾ ਦੇ ਮੂਹਰੇ। ਇਹ ਸਾਰੇ ਨੂੰ ਕਿਵੇਂ ਮਤਲਬ ਕਿ ਲੋਕਾਂ ਦੇ ਵਿੱਚ ਉਹਨੂੰ ਕਿਵੇਂ ਗੈਂਗਵਾਰ ਦੇ ਖਾਤੇ ਪਾਉਣਾ, ਵੀ ਦੇਖੋ ਜੀ ਉਹ ਤਾਂ ਗੈਂਗਵਾਰ ਦਾ ਇੱਕ ਹਿੱਸਾ ਸੀਗਾ, ਇਹ ਉਹਨਾਂ 'ਚ ਸ਼ਾਮਿਲ ਸੀਗਾ, ਇਹਨੇ ਫਲਾਨਾ ਮਰਵਾਇਆ, ਜਿਵੇਂ ਲਾਰੈਂਸ ਕਹਿੰਦਾ ਨੇ ਫਲਾਨਾ ਮਰਵਾਇਆ ਅਤੇ ਇਹਨੂੰ ਤਾਂ ਅਸੀਂ ਮਾਰਿਆ। ਜਿਹੜੇ ਕੱਲ੍ਹ ਨੂੰ ਲੋਕ ਉੱਠ ਕੇ ਉਹਦੇ ਲਈ ਜੇ ਕੋਈ ਇਨਸਾਫ਼ ਦੀ ਗੱਲ ਤੁਰਦੀ ਹੈ, ਜਿਵੇਂ ਉਹਦਾ ਪਿਓ ਕਹਿ ਰਿਹਾ, ਬਾਪੂ ਕਹਿ ਰਿਹਾ ਕਿ ਭਾਈ ਅਸੀਂ ਕੱਲ੍ਹ ਨੂੰ ਇਨਸਾਫ਼ ਲਈ ਤੁਰਾਂਗੇ, ਕੋਈ ਗੱਲ ਮਿਹਨਤ ਤੋਰਾਂਗੇ, ਉਹ ਲੋਕਾਂ ਦੇ ਵਿੱਚ ਕਿਵੇਂ ਉਹਨੂੰ ਅਲੱਗ ਥਲੱਗ ਕਰਨਾ, ਇੱਕ ਤਾਂ ਇਹਦਾ ਇਹ ਪੱਖ ਆ। ਦੂਜਾ ਪੱਖ ਇਹਦਾ ਇਹ ਆ ਕਿ ਜਿਹੜੀ ਉਹ ਇੰਟਰਵਿਊ ਹੋਈ ਆ, ਉਹ ਪੂਰੀ ਪਲੈਨ ਇੰਟਰਵਿਊ ਆ, ਪੂਰੀ ਯੋਜਨਾਬੱਧ ਤਰੀਕੇ ਦੇ ਨਾਲ ਪਹਿਲਾਂ ਸਾਰੇ ਸਕ੍ਰਿਪਟ, ਸਾਰੀ ਕਹਾਣੀ ਲਿਖੀ ਗਈ, ਪੱਤਰਕਾਰ ਨੇ ਸਾਰੇ ਸਵਾਲ ਜਵਾਬ ਤਿਆਰ ਕੀਤੇ, ਪਹਿਲਾਂ ਸਵਾਲ ਫਿਰ ਉਹਦਾ ਜਵਾਬ, ਵੀ ਆਹ ਸਵਾਲ ਦਾ ਆਹ ਜਵਾਬ ਦੇਣਾ, ਆਹ ਸਵਾਲ ਦਾ ਆਹ ਜਵਾਬ, ਕੱਟ ਬਹੁਤ ਵੱਜੇ ਵੇ ਉਹਦੇ, ਬਹੁਤ ਕੱਟ ਵੱਢ ਕਰਕੇ ਉਹਦਾ ਪੂਰਾ ਜਿੱਥੇ ਉਹਨਾਂ ਲੱਗਿਆ, ਉਹਨੂੰ ਪੂਰਾ ਰਾਸ਼ਟਰਵਾਦੀ ਦੇਸ਼ ਭਗਤ ਬਣਾਉਣ ਦੀ ਕੋਸ਼ਿਸ਼, ਇੱਕ ਕਮਿਊਨਿਟੀ ਨੂੰ ਪੋਲਰਾਈਜ਼ ਕਰਨ ਦੀ ਕੋਸ਼ਿਸ਼। ਉਹ ਦੇਖੋ ਨਾ ਜਿਹੜੇ ਰਾਸ਼ਟਰਵਾਦੀ ਨੇ ਆਪਣੇ ਆਪ ਨੂੰ ਕਹਾਉਂਦੇ ਨੇ, ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਉਹਨੂੰ ਹੀਰੋ ਕਿਵੇਂ ਬਣਾਉਣਾ, ਕੱਲ੍ਹ ਨੂੰ ਉਹ ਤੋਂ ਮੰਨ ਲਓ ਜਿਵੇਂ ਉਹ ਤੋਂ ਬੁਲਾਇਆ ਗਿਆ ਕਿ ਖਾਲਿਸਤਾਨ ਦੇ ਮੈਂ ਵਿਰੋਧ 'ਚ, ਪਾਕਿਸਤਾਨ ਦੇ ਮੈਂ ਵਿਰੋਧ 'ਚ, ਮੈਂ ਉਹਨਾਂ ਦਾ ਵਿਰੋਧ ਕਰਦਾ, ਮੰਨ ਲਓ ਕੱਲ੍ਹ ਨੂੰ ਇੱਥੇ ਹੋਰ ਜਿਹੜੇ ਕੋਈ ਨੌਜਵਾਨ ਪੰਜਾਬ 'ਚ ਉਹਨੂੰ ਤੋਂ ਮਰਵਾ ਕੇ ਲਾਉਣਸ ਵਰਗਿਆਂ ਤੋਂ, ਅਤੇ ਉਹਨੂੰ ਕਿਵੇਂ ਫਿਰ ਵੱਡੇ ਪੱਧਰ ਦੇ ਉੱਤੇ ਹੀਰੋ ਵਜੋਂ ਉਭਾਰਿਆ ਜਾਣਾ, ਠੀਕ ਹੈ ਨਾ? ਇਹ ਵੀ ਸੰਭਵ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਤੋਂ ਬੀਜੇਪੀ ਵੱਲੋਂ ਚੋਣ ਲੜਦਾ ਤੁਹਾਨੂੰ ਦਿਖਾਈ ਦੇਵੇ। ਤੁਸੀਂ ਕਹਿੰਦੇ ਵੀ ਸਾਰਾ ਬੀਜੇਪੀ ਨੇ ਕਰਾਇਆ? ਦੇਖੋ ਇਹ ਸਾਰਾ ਏਜੰਸੀਆਂ ਦੀ, ਸਟੇਟ ਦੀ ਖੇਡ ਆ। ਤੁਸੀਂ ਮੈਨੂੰ ਦੱਸੋ, ਇੱਕ ਜੇਲ੍ਹ ਦੇ ਵਿੱਚ ਇੰਟਰਵਿਊ ਵੀ HD ਇੰਟਰਵਿਊ ਹੋ ਜਾਣੀ, ਜਿੱਥੇ ਇਹ ਕਹਿੰਦੇ ਜੈਮਰ ਲੱਗੇ ਹੋਏ ਨੇ, ਪੂਰੀ ਰੇਂਜ ਨਹੀਂ ਆਉਂਦੀ, ਉਹ ਵੀ ਅੱਧਾ ਅੱਧਾ ਪੌਣਾ ਪੌਣਾ ਘੰਟਾ 50-50 ਮਿੰਟ ਕੇ ਬੰਦਾ ਇੰਟਰਵਿਊ ਦੇ ਰਿਹਾ, ਇੰਨਾ ਸੌਖਾ ਥੋੜ੍ਹੀ ਹੈ? ਨਹੀਂ, ਤੂੰ ਤੁਹਾਡਾ ਰਿਹਾ ਸਾਰੀ ਚੀਜ਼ ਦੇ ਅੰਦਰ, ਵੀ ਇੰਨੇ ਚਿਰ ਤੋਂ ਕੋਈ ਗੇੜਾ ਸੰਤਰੀ ਮੰਤਰੀ ਨਹੀਂ ਮਾਰਦਾ ਕੋਈ ਬੰਦਾ? ਦੇਖੋ ਮੈਂ ਨਾ, ਇਹ ਸੀਗਾ ਗੁਰਪ੍ਰੀਤ, ਅੱਜ ਤੋਂ ਜੇ ਆਪਾਂ 5-4 ਸਾਲ ਪਹਿਲਾਂ ਦੀ ਗੱਲ ਕਰੀਏ, ਜਦੋਂ ਬਹੁਤਾ ਇਹ ਮਾਰਾਮਾਰੀ ਵਾਲਾ ਨਹੀਂ ਸੀਗਾ ਚੱਲਿਆ ਕੰਮ, ਉਦੋਂ ਜੇਲ੍ਹਾਂ 'ਚ ਫੋਨ ਆਮ ਹੀ ਹੁੰਦੇ ਸੀ, ਆਮ ਫੋਨ ਅੰਦਰੋਂ ਵੀਡੀਓ ਵੀ ਆਉਂਦੀਆਂ ਰਹੀਆਂ, ਅੰਦਰੋਂ ਲੈ ਵੀ ਹੁੰਦੇ ਰਹੇ, ਹੈ ਨਾ? ਹੁਣ ਤਾਂ ਸਖਤਾਈ ਬਹੁਤ ਹੈ। ਇਹ ਜਿਹੜੀ ਕਹਾਣੀ ਹੈ ਨਾ, ਇਹ ਸਾਰਾ ਉਹਨੂੰ ਆਪਦਾ, ਹੁਣ ਇੱਕ ਤਾਂ ਪੰਜਾਬ ਦਾ ਚੈਨਲ ਆ, ਮੈਂ ਹੈਰਾਨ ਹਾਂ ਉੱਥੇ ਜਿਹਨਾਂ ਨੂੰ ਵੋਟੀ ਪੈਂਦੀ ਹੈ ਇੱਥੇ, ਉਹ ਤਾਂ ਇਹ ਸਿੱਧ ਕਰਨ 'ਤੇ ਲੱਗਿਆ ਹੋਇਆ ਕਿ ਲਾਉਣਸ ਨੇ ਆਪਣਾ ਪੱਖ ਰੱਖਿਆ ਜੀ। ਕਮਾਲ ਆ ਯਾਰ, ਉਹਨੇ ਮੁੰਡੇ ਕਿੰਨੇ ਬੈਠੇ ਅੰਦਰ ਜੇਲ੍ਹ 'ਚ, ਜੇਲ੍ਹ 'ਚ ਬੈਠੇ ਨੇ ਕਿੰਨੇ ਮੁੰਡੇ ਪੰਜਾਬ ਦੇ ਮਰਵਾਤੇ, ਫਿਰ ਪੰਜਾਬ ਦੇ ਮਰਦੇ ਆ, ਰੂਪੇ ਵਰਗਾ ਇਨਕਾਊਂਟਰ ਹੋਇਆ ਉਹ ਪੰਜਾਬ ਦੇ, ਅੰਦਰ ਜੇਲ੍ਹ 'ਚ ਮਰੇ ਦੋ ਜਾਣੇ ਪੰਜਾਬ ਦੇ, ਬਾਕੀ ਸਾਰੇ ਤਾਂ ਕੋਈ ਗੁਜਰਾਤ 'ਚੋਂ ਪੜਿਆ, ਕੋਈ ਮੰਨ ਲਓ ਉਹ ਤਾਂ ਬੰਦੇ ਨੂੰ ਕੁਛ ਕੱਖ ਹੀ ਨਹੀਂ ਹੋਇਆ ਯਾਰ, ਉਹਨਾਂ ਬੰਦਿਆਂ ਨੂੰ ਕਿਸੇ ਦਾ ਇਨਕਾਊਂਟਰ ਨਹੀਂ ਹੋਇਆ, ਕਿਸੇ ਦੀ ਕੁੱਟਮਾਰ ਨਹੀਂ ਹੋਈ। ਇਹ ਜਿਹੜੀ ਗੇਮ ਹੈ, ਇਹ ਜਿਹੜੀ ਗੱਲ ਹੈ, ਇਹ ਹੁਣ ਉਹਦੇ ਨਾਲ ਦੀ ਨਾਲ ਉਹੀ ਚੈਨਲ ਕਹਿੰਦਾ, ABP ਸਾਂਝਾ ਕਹਿੰਦਾ ਕਿ ਜੀ ਇਹ ਪੰਜਾਬ ਦੀ ਕਿਸੇ ਜੇਲ੍ਹ ਦੀ ਹੈ, ਆਪਣੀ ਇੱਕ ਪੋਸਟ ਪਾਉਂਦਾ, ਫਿਰ ਨਾਲ ਦੀ ਨਾਲ ਉਹ ਪੋਸਟ ਡਿਲੀਟ ਕਰਦੇ ਆ। ਉਸ ਵਾਲਿਆਂ ਨੂੰ ਪੰਜਾਬ ਸਰਕਾਰ ਵਾਲਿਆਂ ਦਾ ਕਿਸੇ ਫੋਨ ਆ ਗਿਆ, ਤੁਸੀਂ ਭਾਈ ਸਾਨੂੰ ਕੰਮ ਬਦਨਾਮ ਕਰਦੇ ਆ, ਤਾਂ ਉਹਨੂੰ ਇਸ ਇੰਟਰਵਿਊ ਦੇ ਵਿੱਚ ਇੱਕ ਤੀਰ ਨਾਲ ਗੁਰਪ੍ਰੀਤ ਕਈ ਨਿਸ਼ਾਨੇ ਲਾਏ ਗਏ, ਉਹਨੂੰ ਕਿਵੇਂ ਦੇਸ਼ ਭਗਤੀ ਦਾ ਚੋਲਾ ਪਹਿਣਾਇਆ ਗਿਆ ਜਾਂ ਪਹਿਨਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਕਿਵੇਂ ਰਾਸ਼ਟਰਵਾਦੀ ਦੇਸ਼ ਭਗਤ ਸਿੱਧ ਕੀਤਾ ਜਾ ਰਿਹਾ, ਕਿਵੇਂ ਮੂਸੇਵਾਲ ਨੂੰ ਬਦਨਾਮ ਅਤੇ ਖਲਨਾਇਕ ਅਤੇ ਗੁੰਡਾ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਇਹ ਕਿਵੇਂ ਉਹਨੂੰ ਹੀਰੋ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਰਾਸ਼ਟਰਵਾਦੀ ਜ਼ਿਆਦਾ ਆਪਣੇ ਆਪ ਨੂੰ ਘਾਉਂਦੇ ਵੀ ਅਸੀਂ ਰਾਸ਼ਟਰਵਾਦੀ ਦੇਸ਼ ਭਗਤ ਹੈ, ਉਹਨਾਂ ਦੇ ਵਿੱਚ ਕਿਵੇਂ ਇੱਕ ਫਿਰਕੇ ਦੀ ਦੂਜੇ ਫਿਰਕੇ ਪ੍ਰਤੀ ਨਫ਼ਰਤ, ਇਹ ਸਾਰੀਆਂ ਗੱਲਾਂ ਪੂਰੀਆਂ ਸਕ੍ਰਿਪਟਡ ਨੇ, ਪੂਰੀ ਕਹਾਣੀ ਹੈ, ਪਹਿਲਾਂ ਘੜੀ ਗਈ ਕਹਾਣੀ ਹੈ, ਉੱਧਰੋਂ ਦੀ ਵਰਸੀ ਆ ਰਹੀ, ਉੱਧਰੋਂ ਦੀ ਇੰਟਰਵਿਊ ਲਈ ਕਰਦੇ। ਅੱਛਾ, ਕਿੱਡਾ ਕਮਾਲ ਹੈ, ਐਂ ਇੰਟਰਵਿਊ ਹੋ ਜਾਣੀ, ਪਰਦਾ ਲੱਗਿਆ, ਬਿਲਕੁਲ, ਕੀ ਦੇਸ਼ ਦੀਆਂ ਏਜੰਸੀਆਂ ਨੇ ਜਿਹੜੀਆਂ
उन्हां नूं पता ही नहीं जां उन्हां ने फिर उदू बाद की करता। यही पत्रकार जदों तुसीं जिहड़ा ABP वाला जगदे पटियाला पटियाल जदों तुसीं किसे होर बंदा ने इंटरव्यू करदे नूं सुणोगे ना इस तरीके ना सवाल करता कि बंदे नूं दिड़ के रख दिंदा बिल्कुल काफ़ी आपां हाइप ते हुंदा हाँ ते किच्चे उन्हों बड़े पोले पोले सवाल ते पोले पोले जवाब लै के सारी जिहड़ी कहानी आ उह बुणी गई आ। इतों साफ समझ आउंदा है कि इत्थे होर भी हले पंजाब दे विच इन्हां एजेंसियां ने स्टेट ने पंजाबियां दे शिकार खेडणे आ ते मोहरे बणने उत्थे लॉरेंस वर्गे ते होर पर मैं कहना लॉरेंस वर्गियां नूं भी जां होर भी जिन्ने बंदे इन्हां दे मोहरे बणे ने बख्शना तुहानूं भी नहीं इन्हां ने बिल्कुल जिदें आप इन्हां दा कम निकलिया तुहाडा उन्हां ने पल बुलाउणा क्योंकि जदों आपां फिल्मां 'च भी देखदे हां भी आप ही सियासतदान आप ही स्टेट गैंगस्टरां नूं पैदा करदी है बंदे पैदा करदी है फिर गल दी हड्डी बन जांदा लोकां दे विच गल्लां नशर हो जांदियां ने भी इह तां हुण जी आस में रले मिले ने घिओ खिचड़ी उही उहदा किवें इनकाउंटर कराउंदे ने मार पाउंदे ने हुण इहनां नाल भी है पर हाले मैनूं लगदा कि इह पंजाब दे उत्ते आउण वाला समां होर भी माड़ा आउणा इहनां ने होर भी जिहड़े भी गल्लां इत्थे पंजाब दे हक्कां दीआं करदे ने सिक्खी की गल करते हैं आपके कौम के दर्द में बयान करते हैं उन्होंने शिकार इन्होंने खेलना तो यह जे बंद नैशनल मीडिया देखा जाए जो मैंने लगता जिस तरह 2019 जो वोटा होनी बई है ना पिछली बारी पुलवामा हो गई मुसलमानों गाल क्ड के हो जाएगा इस बार ऐ नहीं लगता कि खालिस्तान एंटी खालिस्तान के विरुद्ध नारा लगाना एक देशभगती करता इन्होंने मैं उही कहना ना देखो घट गिणतियां के खिलाफ जोड़ा इतने प्रचार हो रहा तुम ये देखो कि इस मुल्क के अंदर वापर की रहा है JNU दुनिया दीयां मशहूर यूनिवर्सिटियां चाहुंदी है उत्थे हुण धरना लाउण ते पाबंदी लाती भी विद्यार्थी कोई भी प्रोटेस्ट जिहड़ा हैगा धरना वगैरह मुजाहरा वगैरह यूनिवर्सिटी अंदर कर नहीं सकदे करनगे जुर्माना लगेगा यह आवाज़ बंद करने वाली काम है। सारा मीडिया इन्होंने खरीद लिया NDTV सी वह भी खरीद लिया पहले तो बाकी तो पहले ही खरीदे हुए सी इह हुण उधरों मूसेवाले के खिलाफ खालिस्तान की गल पाकिस्तान की गल पुलवामा हमले की गल फिर उधरों सलमान खान नूं टारगेट करना बिल्कुल दर्शा रहा है उधरों उही गैंग है ना जिहड़ा पूरे भारत के अंदर सलमान खान का आमिर खान का जां शाहरुख खान दी फिल्मां दा बाइकाट करदा कारण की इस करके नहीं कि वह कोई माड़े कलाकार ने जां माड़ियां फिल्मां बना रहे ने इस करके कि मुसलमान ने वह इस मुल्क के अंदर घट गिणती च इत्थे हुण जिहड़ा निशाना हैगा एक किसी भी तरीके ना सारी कहानी सूँ समझ आजूगी भी किमें मूसेवाले सलमान खान ही टारगेट किए गए उस गल नूं लैके हालांकि जिहड़ा कोई हिरन वाला मसला दस रहा भी हिरन मारी है सलमान खान ने उहदे हिरन वाले मसले दे विच तो सज़ा भी भुगत चुके हैं केस भी अंदर जेल भी जा चुके हैं केस भी उहदे हले ट्रायल सारा चलता पता नहीं वह बरी हो गया पर वह सारा उहनूं बहाना बना के निशाना किवें बनाउणा घट गिणतियां नूं हो ये रहा तो इस निशाने के घट गिणतियां बहुगिणती खुश किमें करना है ये सारी कहानी वो रची जा रही है। देखिए जब दो चीज़ा उन्हें उद्देश गल कही कि सानू हथियार आ जोड़े एक 47 तक जगह इंडिया के अंदरों मिल गई दूजा उन्हें कहा कि मेरा जोड़ा छोटा भरा उन्होंने जाली पासपोर्ट बना के बहरले देश टप गया कि यह गल् जड़िया है एडा व्डा रिकॉर्ड कह रहा है ना तो एजेंसियां ने उत्तर जोड़ा है जमी हथ हाथ ही रखी बैठे उ ना एजेंसियां ने पाले एजेंसियां ने बई उत्ते पूरा हाथ एजेंसियों का थोड़ा नहीं पूरा हाथ आ किसी ने उंगल तक नहीं लाई उन्हें ना किसी पंजाब पुलिस ने ना किसी दिल्ली पुलिस ने स्पैशल सैल ने या होर किसी क्राइम ब्रांच ने कितने लगती है इंटरव्यू कितने हुई होनी इंटरव्यू जी लगती है मैं लगता जो तिहाड़ है जोधपुर है जोधपुर तो कांग्रेस की सरकार है नहीं सैट कहना सारे इन्हों जो मेरी गल सुना हुण जो गल गुरप्रीत एजेंसियां दा हाथ होवे सरकारां कुछ नहीं करदा उत्ते सरकारां दे हत्थ पल्ले की रह जांदा इह तां गल देखो मैं जिहड़ा पंजाब दी जिहड़ी बठिंडे दी गल करदे आ बठिंडे दी मैनूं गल नहीं नज़र आउंदी क्योंकि बठिंडे जिवें सुणन च आ रिहा वी बठिंडे बहुत ज़्यादा सख्ताई है तो जैमर जूमर लगे होण करके इहदा ऐ लगदा जिवें स्पैशली जां सबडेंट ने अपने कमरे च बिठा के कराई हुंदी है वी भाई आ जा इत्थे लै ते इत्थे रेंज रूंज भी फुल इत्थे करा के बैठ के इहदा ऐ पूरी कहानी रची गई सौखी गल नहीं पहला सारा पत्रकार ने उहदे नाल किवें संपर्क किया कि जेल चाहे सारा ताना बाणा बड़े पूरे तरीके नाल बुनिया गया आपां नूं लगता कि यार हाँ ये लोगों नूं ऐ लगी जांदा वी यार इक गैंगस्टर ने अंदरों जिवें वीडियो बना के पा दिंदे ऐ ऐ इंटरव्यू होगी ऐ इंटरव्यू नहीं हुई ये पूरी प्लानिंग तरीके इंटरव्यू